ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡੀ ਹੋਸਟ ਨੀਰਮ ਕੋਰ ਤੇ ਮੈਂ ਟੀਵੀ 8 ਦੇ ਸਾਰੇ ਦਰਸ਼ਕਾਂ ਤੇ ਸ਼ਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚਾ ਸਾਜ ਵਿੱਚ ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਮਹਿਰਨਾ ਬੈਠੇ ਹੋਏ ਨੇ ਆਉਣਾ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ ਜੀ ਡਾਕਟਰ ਸਾਹਿਬ ਵੈਲਕਮ ਟੂ ਅਵਰ ਸ਼ੋਅ ਥੈਂਕ ਯੂ ਸੋ ਮੱਚ ਜੀ ਡਾਕਟਰ ਸਾਹਿਬ ਅੱਜ 3 ਦਸੰਬਰ 2015 18 ਮੱਘਰ ਨਾਨਸ਼ਾਈ ਸੰਮਤ 547 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਦੇ ਸ਼ੁਰੂ ਵਿੱਚ ਤੁਸੀਂ ਅੱਜ ਕਿਹੜੇ ਮੁੱਦੇ ਸਾਡੇ ਦਰਸ਼ਕਾਂ ਨਾਲ ਸਾਂਝੇ ਅਹ ਦੇਖੋ ਅੱਜ 7 ਤੋਂ 8 ਦੇ ਟਾਈਮ 'ਚ ਦਰਸ਼ਕਾਂ ਨੇ ਕੱਲ ਵਾਲਾ ਸ਼ੋਅ ਦੁਬਾਰਾ ਦੇਖਿਆ ਹੋਵੇਗਾ ਜੀ ਇੱਕ ਤਾਂ ਵਿਸ਼ੇ ਦੀ ਅਹਿਮੀਅਤ ਨੂੰ ਸਮਝਦੇ ਆਂ ਕੁਝ ਦਰਸ਼ਕਾਂ ਦੀ ਮੰਗ ਤੇ ਹੀ ਉਹਨੂੰ ਅਸੀਂ ਦੁਬਾਰਾ ਦਿਖਾਉਣ ਦਾ ਫੈਸਲਾ ਕੀਤਾ ਦੂਸਰਾ ਜਿਹੜੀ ਕੱਲ ਦੀ ਦੁਖਦਾਈ ਘਟਨਾ ਵਾਪਰੀ ਉਸ ਦੇ ਕੁਝ ਤੱਤ ਹੋਰ ਸਾਹਮਣੇ ਆਏ ਨੇ ਜਿਸ ਮੁਤਾਬਕ ਹਾਲਾਂਕਿ ਪੁਲਿਸ ਇਸ ਗੱਲ ਨੂੰ ਇਨਵੈਸਟੀਗੇਟ ਕਰ ਰਹੀ ਹੈ ਕਿ ਪਰਪਸ ਕੀ ਸੀ ਲੇਕਿਨ ਇੱਕ ਫੈਕਟ ਸਾਹਮਣੇ ਆਇਆ ਹੈ ਕਿ ਜਿਹੜੇ ਹਸਬੰਡ ਵਾਈਫ ਇਸ ਤੇ ਲਈ ਦੋਸ਼ੀ ਪਾਏ ਗਏ ਜਨ ਜਿਹੜੇ ਮਾਰੇ ਵੀ ਗਏ ਉਸ ਜਿਹੜਾ ਬੰਦਾ ਹੈ ਉਹ এনवायरमेंटਲਿਸਟ ਸੀ ਔਰ ਹੈਲਥ ਸਰਵਿਸਸ ਦੇ ਨਾਲ ਲਗਭਗ 5 ਸਾਲ ਤੋਂ ਉਹ ਜਿਹੜਾ ਐਜ਼ ਅ ਇਨਸਪੈਕਟਰ ਕੰਮ ਕਰ ਰਿਹਾ ਸੀ ਔਰ ਜਿੱਥੇ ਇਹ ਫਿਜ਼ੀਕਲ ਹੈਂਡੀਕੈਪ ਜਾਂ ਮੈਂਟਲੀ ਹੈਂਡੀਕੈਪ ਦੀ ਸਰਵਿਸਿਜ਼ ਲਈ ਇਹ ਸੋਸ਼ਲ ਸਰਵਿਸਿਜ਼ ਦਾ ਫੰਕਸ਼ਨ ਚੱਲ ਰਿਹਾ ਸੀ ਯੂ 크리스마ਸ ਪਾਰਟੀ ਸੀ ਔਰ ਇਹ ਵੀ ਸਾਹਮਣੇ ਆਇਆ ਕਿ ਉਹ ਉੱਥੇ ਮੌਕੇ ਤੇ ਪਹਿਲਾਂ ਆਇਆ ਔਰ ਉਦਾ ਸ਼ਾਇਦ ਕੋਈ ਆਰਗੂਮੈਂਟ ਹੋਇਆ ਔਰ ਉਸ ਤੋਂ ਬਾਅਦ ਉਹ ਚਲਾ ਗਿਆ ਔਰ ਫਿਰ ਉਹ ਹਸਬੰਡ ਵਾਈਫ ਜਿਹੜੇ ਨੇ ਪੂਰੇ ਹਥਿਆਰਾਂ ਨਾਲ ਲੈਸ ਹੋ ਕੇ ਆਏ ਉਰੇ ਜਾਨੀ ਨੁਕਸਾਨ ਹੋਇਆ ਔਰ ਪਾਕਿਸਤਾਨੀ ਮੂਲ ਦੇ ਸਨ ਜੀ ਸੋ ਇਹ ਇਹਦੇ ਚੋਂ ਦੋ ਥਿਉਰੀਜ਼ ਜਿਹੜੀਆਂ ਨੇ ਉਹ ਉੱਤਰ ਰਹੀਆਂ ਨੇ ਕਿ ਵੀ ਜਿਸ ਕਿਸਮ ਦਾ ਜਦੋਂ ਉਹਨਾਂ ਨੇ ਉਹਦੇ ਘਰ ਤੇ ਵੀ ਰੇਡ ਕੀਤਾ ਤੇ ਕਾਫੀ ਹੋਰ ਅਸਲਾ ਵੀ ਉੱਥੋਂ ਬਰਾਮਦ ਹੋਇਆ ਹੈ ਸੋ ਇਸ ਤੋਂ ਅਜੇ ਉਹ ਇਨਵੈਸਟੀਗੇਟ ਕਰ ਰਹੇ ਨੇ ਕਿ ਵੀ ਕੀ ਇਹ ਇਰਾਦਤਨ ਇਸ ਕਿਸਮ ਦੀ ਗੱਲ ਸੀ ਹਾਲਾਂ ਉਹਨਾਂ ਦੀ 6 ਮਹੀਨੇ ਦੀ ਬੱਚੀ ਹੈ ਔਰ ਆਣ ਤੋਂ ਪਹਿਲਾਂ ਉਨਾ ਨੇ ਬੱਚੀ ਨੂੰ ਉਹ ਆਪਣੇ ਪੇਰੈਂਟਸ ਦੇ ਕੋਲ ਡ੍ਰੌਪ ਕੀਤਾ ਸੋ ਕੁੱਲ ਮਿਲਾ ਕੇ ਅਸੀਂ ਸਮਝਦੇ ਆਂ ਵੀ ਇਹ ਇੱਕ ਦੁਖਦਾਈ ਘਟਨਾ ਔਰ ਮੈਨੂੰ ਇਹ ਥੋੜਾ ਜਿਹਾ ਫੀਅਰ ਸੀ ਵੀ ਇਹ ਨਾ ਹੋਏ ਕਿ ਜਿਹੜਾ ਕੋਈ ਵੀ ਉਸ ਦੇ ਲਈ ਕਿਉਂਕਿ ਅੱਜ ਕੱਲ ਬਹੁਤ ਸਾਰੀਆਂ ਘਟਰਾਵਾਂ ਅਮਰੀਕਾ 'ਚ ਹੁੰਦੀਆਂ ਉਹਦੇ ਵਿੱਚ ਉਹਨੂੰ ਡੋਮੈਸਟਿਕ ਟੈਰਰਿਜ਼ਮ ਵੀ ਕਹਿੰਦੇ ਨੇ ਜਿਵੇਂ ਪੇਰੈਂਟਹੁਡ ਕਲੀਨਿਕ ਦੇ ਉੱਤੇ ਕੋਲੋਰادو ਚ ਹੋਇਆ ਉਹ ਮੋਸਟਲੀ ਅਮਰੀਕਨ ਹੁੰਦੇ ਨੇ ਜੀ ਮੈਨੂੰ ਇਹ ਫੀਅਰ ਸੀ ਕਿ ਜੇ ਕੋਈ ਜਿਹੜਾ ਗੈਰ ਅਮਰੀਕਨ ਹਾਲਾਂਕਿ ਉਹ ਅਮਰੀਕਨ ਸਿਟੀਜ਼ਨ ਨਹੀਂ ਸੀ ਜਦੋਂ ਅਸੀਂ ਅਮਰੀਕਨ ਕਹਿੰਦੇ ਆ ਫਿਰ ਗੋਰਾ ਕਾਲਾ ਜਿਹੜੇ ਇੱਥੋਂ ਦੀ ਪਛਾਣ ਨਾਲ ਜੁੜੇ ਹੁੰਦੇ ਨੇ ਅਸੀਂ ਭਾਵੇਂ ਸਿਟੀਜ਼ਨ ਵੀ ਬਣ ਜਾਈਏ ਸਾਡੀ ਪਛਾਣ ਦੂਜੀ ਰਹਿੰਦੀ ਹੈ ਜੀ ਬਿਲਕੁਲ ਅ ਅਨਫੋਰਚਨਟਲੀ ਇਹ ਗੱਲ ਠੀਕ ਸਾਬਤ ਹੋਈ ਔਰ ਪਾਕਿਸਤਾਨੀ ਮੂਲ ਦਾ ਹੁਣ ਅ ਇਹ ਗੂੰਹ ਹੋਰ ਵੀ ਨਫ਼ਰਤ ਪੈਦਾ ਕਰਦਾ ਹੈ ਔਰ ਅਸੀਂ ਵੀ ਬਤੌਰ ਸਿੱਖ ਫਿਰ ਗੇਟ ਕਰਾਈਮਸ ਦਾ ਵੀ ਸ਼ਿਕਾਰ ਹੁੰਦੇ ਆਂ ਔਰ ਬਹੁਤ ਸਾਰੀਆਂ ਥਾਵਾਂ ਤੇ ਜਿਹੜੀਆਂ ਨੇ ਹੋਰ ਸਾਰੀਆਂ ਹੋਰ ਵੀ ਡਿਫਿਕਲਟੀਜ਼ ਮਹਿਸੂਸ ਹੁੰਦੀ। ਇੱਕ ਕਰੈਕਸ਼ਨ ਮੈਂ ਕਰਨੀ ਚਾਹਾਂਗਾ ਹਾਲਾਂਕਿ ਕੱਲ ਜਦੋਂ ਮੈਂ ਇਹ ਕਿਹਾ ਕਿ ਵੀ 2 ਦਸੰਬਰ ਦਾ ਦਿਨ ਯੂਨਾਈਟਿਡ ਨੇਸ਼ਨਜ਼ ਨੇ ਜਿਹੜਾ ਹੈਂਡੀਕੈਪ ਜਾਂ ਅਪਾਹਜ ਵਿਕਲਾਂਗ ਜਿਹਦੇ ਲਈ ਸ਼ਬਦ ਵਰਤਿਆ ਜਾਂਦਾ ਦਿਨ ਦੇ ਤੌਰ ਤੇ ਐਲਾਨਿਆ ਹੋਇਆ ਹੈ। ਉਹਦੇ ਵਿੱਚ ਮਾਈਨਰ ਮਿਸਟੇਕਸ ਯੂ ਈਵ ਸੀਸ ਦਿੰਦੀ ਕਿਉਂਕਿ ਕੱਲੀ ਬਹੁਤ ਸਾਰੇ ਪ੍ਰੋਗਰਾਮ ਹੋਏ ਚਾਰਜ ਫੇਰੇ ਖਬਰਾਂ ਯੂਨਾਈਟਿਡ ਨੇਸ਼ਨਸ ਤੋਂ ਲੈ ਕੇ ਜਿਹੜੀਆਂ ਨੇ ਉਹ ਚਾਰਜ ਫੇਰੇ ਹੀ ਸਨ ਜੀ ਇੰਡੀਅਨ ਕੰਟੈਕਸਟ ਵੀ ਜਿਹੜੀ ਬਿੱਲ ਪੇਸ਼ ਹੋਣ ਦੀ ਗੱਲ ਆਈ ਸੋ ਮੈਂ ਫੈਕਟਸ ਡਬਲ ਚੈੱਕ ਨਹੀਂ ਸੀ ਕੀਤੇ ਕਿ ਈਵ ਆਫ ਦੈਟ ਡੇ ਐ ਐਕਚੁਅਲ ਡੇ ਅੱਜ ਐ ਸੋ ਇਹ ਅਸੀਂ ਕਰੈਕਸ਼ਨ ਵੀ ਕਰਨੀ ਚਾਹੁੰਦੇ ਜੀ ਦੋ ਤਿੰਨ ਇਸ਼ੂ ਜਿਹੜੇ ਅੱਜ ਮੈਂ ਵਿਚਾਰ ਅਧੀਆਂ ਲਿਆਣਾ ਚਾਹੁੰਦਾ ਹਾਂ ਕਿ ਕਿਸ ਕਿਸਮ ਦਾ ਮਹੌਲ ਇੱਕ ਪਾਸੇ ਤਾਂ ਭਾਰਤੀ ਪਾਰਲੀਮੈਂਟ ਦੀ ਕਾਰਵਾਈ ਚੱਲ ਰਹੀ ਹੈ ਉਹੀ ਝੂਠ ਤੂਫਾਨ ਉਹੀ ਪਾਰਲੀਮੈਂਟ ਨੂੰ ਜਿਹੜਾ ਸਵਾਲ ਜੇ ਪੁੱਛੇ ਜਾਂਦੇ ਨੇ ਤੇ ਸਰਕਾਰ ਜਿਹੜੀ ਹੈ ਉਹੀ ਗੋਲ ਮੋਲ ਜੇ ਜਵਾਬ ਜਿਵੇਂ ਰਾਜਨਾਥ ਨੇ ਹੋਮ ਮਿਨਿਸਟਰ ਨੇ ਦਾਦਰੀ ਕਾਂਡ ਬਾਰੇ ਕਿਹਾ ਜੀ ਉਹ ਤਾਂ ਬੀਫ ਦਾ ਇਸ਼ੂ ਹੀ ਨਹੀਂ ਸੀ ਔਰ ਕਾਂਗਰਸ ਦੀ ਜਿਹੜੀ ਕਦੇ ਵਜ਼ੀਰ ਵੀ ਰਹੀ ਸਲਜਾ ਹਰਿਆਣਾ ਤੋਂ ਇਹ ਇਸਾਈ ਮੂਲ ਦੀ ਡੇਢੀ ਹੈ ਜੀ ਉਨੇ ਜਦੋਂ ਕਿਹਾ ਕਿ ਜੀ ਮੈਂ ਜਦੋਂ ਦਵਾਰਕਾ ਮੰਦਿਰ ਚ ਗਈ ਸੀ ਮੇਰੇ ਨਾਲ ਵੀ ਜਾਤ ਪਾਤ ਆਧਾਰਤ ਜਿਹੜਾ ਉਹ ਵਿਤਕਰਾ ਹੋਇਆ ਸੀ ਤੇ ਉਹਨੇ ਅਰुण ਜੇਤਲੀ ਨੇ ਕੱਢ ਲਿਆ ਕਿ ਜੀ ਤੂੰ ਤਾਂ ਬਹੁਤ ਵਧੀਆ ਕਮੈਂਟ ਕੀਤਾ ਸੀ ਮੈਨੇਜਮੈਂਟ ਬੜੀ ਵਧੀਆ ਉਹਨੇ ਕਿਹਾ ਜੀ ਨਹੀਂ ਮੈਂ ਤਾਂ ਜਿਹੜਾ ਉਹ ਕਿਸੇ ਹੋਰ ਮੰਦਿਰ ਲਈ ਕਿਹਾ ਸੀ ਸੋ ਉਸ ਸਾਰੇ ਚ ਵੀ ਜਿਹੜੀ ਕਾਰਵਾਈ ਕੱਲ ਨਹੀਂ ਚੱਲੀ ਪਾਰਲੀਮੈਂਟ ਦੀ ਫਿਰ ਹੁਣ ਅੱਜ ਜਿਹੜਾ ਕੰਸਰਨਡ ਬੀਜਪੀ ਦਾ ਮਨਿਸਟਰ ਸੀ ਜਨੇ ਕੋਈ ਉਤਰਾਜ ਹੋ ਗੱਲ ਕਹੀ ਸੀ ਉਹਨੇ ਮਾਫੀ ਮੰਗ ਲਈ ਕਾਰਵਾਈ ਚੱਲ ਪਈ ਉਹਨੇ ਇਸੇ ਤਰ੍ਹਾਂ ਕਾਂਗਰਸ ਔਰ ਬਹੁਜਨ ਸਮਾਜ ਪਾਰਟੀ ਜਿਹੜਾ ਜਨਰਲ ਰੇਫਾਇਜ਼ ਦਾ ਮਲ ਵੀਕੇ ਸਿੰਘ ਉਹਨੇ ਪਿੱਛੇ ਜੇ ਜਦੋਂ ਕੋਈ ਗੱਲ ਕਹੀ ਤਾਂ ਉਹਨੇ ਦਲਿਤ ਬੱਚਿਆਂ ਦੇ ਮਾਰੇ ਜਾਣ ਨੂੰ ਹਰਿਆਣੇ ਦੇ ਵਿੱਚ ਕੁੱਤਿਆਂ ਦੇ ਨਾਲ ਤਰਜੀਹ ਦਿੱਤੀ ਕਿ ਵੀ ਇਸ ਕਿਸਮ ਦੀਆਂ ਖਬਰਾਂ ਤਾਂ ਚਲਦੀਆਂ ਰਹਿੰਦੀਆਂ ਅਸੀਂ ਥੋੜੀ ਕੋਈ ਹਰਥਾਂ ਦਾ ਠੇਕਾ ਰਿਆ ਹੋਇ ਸੋ ਉਸ ਨੂੰ ਲੈ ਕੇ ਵੀ ਇਹ ਇਸ਼ੂ ਬਣਿਆ ਹੋਇਆ ਹੈ ਔਰ ਜਦੋਂ ਇਹ ਸਭ ਕੁਝ ਚੱਲ ਰਿਹਾ ਹੈ ਜਿਸ ਕਿਸਮ ਦਾ ਗਊ ਦੀ ਰੱਖਿਆ ਦੇ ਨਾਂ ਥੱਲੇ ਫਿਰ ਜਵੇਂ ਦੇ ਲਾ ਸਟੇਟਾਂ ਨੇ ਬਣਾਏ ਜਿਨ੍ਹਾਂ ਦੇ ਵਿੱਚ ਭਾਪੀ ਰੂਲਡ ਸਟੇਟਾਂ ਅੱਗੇ ਅੱਗੇ ਨੇ ਜੀ ਉਹਦੇ ਪ੍ਰਭਾਵ ਹੁਣ ਦੇਖਣ ਚ ਆ ਰਹੇ ਨੇ ਕਿ ਬਾਰ ਬਾਰ ਘਟਨਾ ਘਟਨਾਵਾਂ ਵਾਪਰ ਰਹੀਆਂ ਆ ਦਾਦਰੀ ਕਾਂਡ ਨੇ ਤੇ ਕੋਈ ਸਭ ਕੁਝ ਹਲਾ ਕੇ ਰੱਖਤਾ ਪਰ ਰਾਜਨਾਲ ਸਿੰਘ ਕਹਿੰਦਾ ਕਿ ਜੀ ਇਹ ਤਾਂ ਹੈ ਹੀ ਨਹੀਂ ਇਹਦਾ ਕੋਈ ਸਬੰਧ ਹੀ ਨਹੀਂ ਹੈ ਇਸ ਦੇ ਨਾਲ ਬੀਫ ਦੇ ਨਾਲ ਸੋ ਦਾਦਰੀ ਯੂਪੀ ਚ ਵਾਪਰੇ ਜਿਹੜੀ ਘਟਨਾ ਪਹਿਲੀ ਮੈਂ ਡਿਸਕਸ ਕਰਨਾ ਚਾਹੁੰਦਾ ਹਾਂ ਔਰ ਅੱਜ ਦੀ ਇਹ ਮੀਡੀਆ ਰਿਪੋਰਟ ਹੈ ਕਿ ਪਲਵਲ ਨਾਂ ਦੀ ਥਾਂ ਦੇ ਉੱਤੇ ਹਰਿਆਣੇ ਦੇ ਵਿੱਚ ਕੱਲ ਇਸ ਕਿਸਮ ਦੀ ਘਟਨਾ ਫੇਰ ਵਾਪਰੀ ਹੈ ਔਰ ਇਹ ਐਨੀਮਲ ਹਸਪੈਂਟਰੀ ਡਿਪਾਰਟਮੈਂਟ ਜਿਹੜਾ ਪਸ਼ੂ ਪਾਲਣ ਵਿਭਾਗ ਹੈ ਉਹਨਾਂ ਨੇ ਹੀ ਬਰੀਫ ਕੀਤੀ ਹੈ ਕਿ ਬਈ ਇੱਕ ਟਰੱਕ ਜਿਹੜਾ ਲੱਦਿਆ ਹੋਇਆ ਮਾਸ ਦਾ ਉਹ ਹਰਿਆਣੇ ਤੋਂ ਜਾ ਰਿਹਾ ਸੀ ਯੂਪੀ ਵਾਲੋ ਉਸ ਮੇਵਾਟ ਇਲਾਕੇ ਚੋਂ ਪਲਵਲ ਦੇ ਨੇੜੇ ਉਹਨੂੰ ਭੀੜ ਨੇ ਰੋਕਿਆ ਤੇ ਕਿਹਾ ਜੀ ਇਹ ਤਾਂ ਗਾਊ ਮਾਸ ਹੈ ਹਾਲਾਂਕਿ ਐਨੀਮਲ ਹਸਬੈਂਡਰੀ ਵਾਲੇ ਕਹਿੰਦੇ ਨੇ ਕਿ ਉਹਦੇ ਚ ਟਰੱਕ ਦੇ ਵਿੱਚ ਜਿਹੜੀਆਂ ਨੇ ਕੈਮਲ ਦੀਆਂ ਖੱਲਾਂ ਔਰ ਦੂਜੇ ਤੀਜੇ ਨੇ ਔਰ ਲੱਗਦਾ ਹੈ ਕਿਉਂਕਿ ਐਨੀਮਲ ਹਸਬੈਂਡਰੀ ਵਾਲੇ ਨੂੰ ਪਤਾ ਹੁੰਦਾ ਹੈ ਕਾਊ ਮੀਟ ਡਿਫਰੈਂਟ ਹੁੰਦਾ ਹੈ ਕਿ ਇਹ ਤਾਂ ਊਂਠ ਦਾ ਔਰ ਮੱਝ ਦਾ ਹੈ ਲੇਕਿਨ ਭੀੜ ਨੇ ਡਰਾਈਵਰ ਤਾਂ ਦੌੜ ਗਿਆ ਉਹਨਾਂ ਨੇ ਰੋਕ ਕੇ ਉਹਨੂੰ ਜਿਹੜਾ ਦੂਸਰੇ ਹੈਲਪਰ ਸੀ ਉਹਨੂੰ ਮਾਰ ਮਾਰ ਕੇ ਬਹੁਤ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ ਹੈ ਮੌਬ ਵਾਇਲੈਂਸ ਦੇ ਉੱਤੇ ਉੱਤਰ ਆਈ ਪੁਲਿਸ ਆਈ ਪੁਲਿਸ ਦੇ ਖਿਲਾਫ ਵੀ ਜਿਹੜੀ ਹੈ ਉਹਨਾਂ ਨੇ ਹਿੰਸਕ ਕਾਰਵਾਈਆਂ ਸ਼ੁਰੂ ਕੀਤੀਆਂ ਉਹਨਾਂ ਨੇ ਟੀਅਰ ਗੈਸ ਛੱਡੀ ਗੋਲੀ ਚਲਾਈ ਹਵਾ 'ਚ ਚਲਾਈ ਹੋਣੀ ਕਿਉਂਕਿ ਮਾੜੇ ਮੋٹے ਕੋਈ ਜ਼ਖਮੀ ਹੋਏ ਨੇ ਕਿਸੇ ਨੂੰ ਗੋਲੀ ਤਾਂ ਨਹੀਂ ਲੱਗੀ ਜੀ ਸੋ ਇਹ ਜਿਹੜਾ ਸਾਰਾ ਪਾਰਟ ਹੈ ਹੁਣ ਇਸ ਸਾਰੇ ਨੂੰ ਉਹਨਾਂ ਨੇ ਟਰੱਕ ਸੀਜ਼ ਕਰ ਲਿਆ ਉਹਨਾਂ ਨੇ ਕਿਹਾ ਜੀ ਜਿਹੜਾ ਮੀਟ ਹੈ ਉਹ ਅਸੀਂ ਜ਼ਮੀਨ ਚ ਦਫਨਾ ਦਿੱਤਾ ਹੈ ਔਰ ਇਹ ਵੋ ਸੋ ਕੈਂਡ ਦਾ ਮਤਲਬ ਇਹ ਹੈ ਕਿ ਜਿਹੜੀਆਂ ਲੋਕਾਂ ਦੀਆਂ ਅਸਲੀ ਪ੍ਰੋਬਲਮਸ ਨੇ ਉਹਨਾਂ ਵੱਲ ਧਿਆਨ ਦੇਣ ਦੀ ਥਾਂ ਜਿਸ ਕਿਸਮ ਦਾ ਇਸ ਭਾਜਪਾ ਦੀ ਹਕੂਮਤ ਨੇ ਮਾਹੌਲ ਸਿਰਜਿਆ ਇਹ ਹੁਣ ਕਿਸੇ ਵੀ ਆਨੇ ਬਹਾਨੇ ਕਟਗਣਤੀ ਦੇ ਨਾਲ ਸੰਬੰਧਤ ਜਿਹੜੇ ਲੋਕ ਕੋਈ ਕਾਰੋਬਾਰ ਕਹਿੰਦਾ ਕਿ ਤਿੰਨ ਚਾਰ ਦਿਨ ਪਹਿਲਾਂ ਇਹ ਸਟੋਰੀ ਸੀ ਮੈਂ ਉਹਨੂੰ ਡਿਸਕਸ ਨਹੀਂ ਕੀਤਾ ਉਦੋਂ ਜੀ ਕਿ ਰਾਦਰ ਪਿਛਲੇ ਦਿਨਾਜਿਕ ਪਾਸੇ ਤਾਂ ਇਹ ਕਈ ਥਾਵਾਂ ਤੇ ਜਿਵੇਂ ਮਹਾਰਾਸ਼ਟਰ ਜਿਨ੍ਹਾਂ ਨੇ ਲਾਅ ਬਣਾਇਆ ਤੇ ਸਾਰੀ ਕਾਊ ਫੈਮਿਲੀ ਚ ਜਿਹੜਾ ਉਹਦੇ ਚ ਝੋਟਾ ਵੀ ਸਾਨ ਵੀ ਮੱਜ ਵੀ ਸਾਰਿਆਂ ਦੀ ਮਾਸ ਦੀ ਪਾਬੰਦੀ ਲਾ ਦਿੱਤੀ ਲੇਕਿਨ ਹਕੀਕਤ ਇਹ ਹੈ ਕਿ ਜਿਹੜੀ ਐਕਸਪੋਰਟ ਹੈ ਬਫਲੋ ਮੀਟ ਦੀ ਉਹ ਕਈ ਗੁਣਾ ਵਧੀ ਹੈ ਔਰ 80 90% ਉਹਦੇ ਵਪਾਰੀ ਜਿਹੜੇ ਨੇ ਹਿੰਦੂ ਵਪਾਰੀ ਨੇ ਔਰ ਇਹ ਫਿਗਰਸ ਜਿਹੜੀਆਂ ਨੇ ਦੋ ਤਿੰਨ ਦਿਨ ਪਹਿਲਾਂ ਹੀ ਔਰ ਹਿੰਦੂ ਅਖਬਾਰ ਜਿਹੜੀ ਇੱਕ ਬੜੀ ਕ੍ਰੈਡੀਬਲ ਅਖਬਾਰ ਹੈ ਉਹਨਾਂ ਨੇ ਉਹਨਾਂ ਦੇ ਕੋਲ ਪੂਰੀਆਂ ਉਹਦੀਆਂ ਫਿਗਰਸ ਸੀ ਮੈਂ ਦੇਖਾਂਗਾ ਆਉਣ ਵਾਲੇ ਦਿਨਾਂ 'ਚ ਉਹ ਸਟੋਰੀ ਨੂੰ ਦੁਬਾਰਾ ਜਿਹੜਾ ਹੈ ਉਹ ਡਿਸਕਸ ਕਰਨ ਦਾ ਪਰ ਇੱਕ ਪਾਸੇ ਤਾਂ ਇਹ ਮਾਹੌਲ ਇਹ ਕਰ ਰਹੇ ਨੇ ਲੇਕਿਨ ਜਦੋਂ ਇਹਨਾਂ ਨੇ ਹਰਾਸ ਕਰਨਾ ਕਿਸੇ ਵੀ ਟਰੱਕ ਤੇ ਕੋਈ ਵੀ ਚੀਜ਼ ਜਾ ਰਹੀ ਹੈ ਉਹ ਕਹਿਣਗੇ ਕਿ ਜੀ ਇਹ ਤਾਂ ਬੀਫ ਹੈ ਇਹ ਤਾਂ ਗਾਂ ਦਾ ਹੈ ਔਰ ਇਹੀ ਘਟਨਾ ਨੇ ਜਿਹੜੀ ਹੈ ਔਰ ਇਸ ਨੂੰ ਈਵਨ ਅਖਬਾਰ ਨੇ ਵੀ ਜਿਹੜੀ ਹੈਡਲਾਈਨ ਦਿੱਤੀ ਉਹ ਇਹ ਹੈ ਕਿ ਦਾਦਰੀ ਲਾਈ ਕਨਸੀਡੈਂਟ ਰਿਪੋਰਟਡ ਅਗੇਨ ਥਿਸ ਟਾਈਮ ਇਨ ਪਲਵਨ ਕਿ ਭਈ ਇਹ ਦਾਦਰੀ ਵਰਗੀ ਘਟਨਾ ਦੁਬਾਰਾ ਹੋਈ ਹੈ ਇਸ ਵਾਰ ਪਲਵਲ ਚ ਹੋਈ ਸੋ ਅਸੀਂ ਸਮਝਦੇ ਹਾਂ ਵੀ ਇਹ ਇਹਨਾਂ ਨੇ ਇੱਕ ਕਿਸੇ ਸਮੁਦਾਇਕ ਬਣਾ ਦਿੱਤਾ ਹੈ ਪ੍ਰੋਪਾਗੈਂਡ ਦੇ ਦੀ ਲਾਈਨ ਕਿ ਜਿਹਦੇ ਥੱਲੇ ਹੁਣ ਜਨੂ ਮਰਜ਼ੀ ਇਸ ਨਾਂ ਦੇ ਥੱਲੇ ਹਰਾਸ ਮਾਰਿਆ ਕੁੱਟਿਆ ਔਰ ਉਹਦਾ ਸਮਾਨ ਜਿਹੜਾ ਰੁੱਟਿਆ ਪੁੱਟਿਆ ਜਾ ਸਕਦੇ ਜੀ ਸੋ ਇੱਕ ਪਾਸੇ ਮੋਦੀ ਦੀ ਨੀਤੀ ਮੋਦੀ ਨੇ ਬਿਲਕੁਲ ਚੁੱਪ ਧਾਰੀ ਹੋਈ ਹੈ ਨਾ ਉਹਨੇ ਇਹ ਸਾਰੇ ਦੌਰ ਚ ਪਾਰਲੀਮੈਂਟ ਤੇ ਜਦੋਂ ਮੈਂ ਸੈਸ਼ਨਸ ਦੀ ਗੱਲ ਕੀਤੀ ਹੈ ਆਪੋਜੀਸ਼ਨ ਉਹ ਦੂਜੀ ਕਹਿ ਰਹੀ ਹੈ ਜੀ ਵੀ ਇਹਨੂੰ ਇਹ ਤਾਂ ਮਨਮੋਹਨ ਸਿੰਘ ਨੂੰ ਕਹਿੰਦਾ ਸੀ ਕਿ ਮਨ ਮੋਹਨ ਸਿੰਘ ਕਿਉਂ ਮੌਨ ਧਾਰੀ ਹੈ ਹੁਣ ਆਪ ਕਿਉਂ ਮੌਨ ਰੱਖਿਆ ਹੋਇਆ ਬੋਲਦਾ ਕਿਉਂ ਨਹੀਂ ਹੈ ਤੋ ਉਹ ਉਹਨਾਂ ਦੇ ਮਿਨਿਸਟਰ ਕਹਿੰਦੇ ਨੇ ਕੋਈ ਜ਼ਰੂਰੀ ਨਹੀਂ ਹੈ ਜੇ ਕਿ ਪ੍ਰਾਈਮ ਮਿਨਿਸਟਰ ਹਰ ਗੱਲ ਤੇ ਬੋਲਿਓ ਦੀ ਪਾਰਟੀ ਜੂ ਦੱਸ ਰਹੀ ਹੈ ਆਪਣਾ ਸਟੈਂਡ ਜੀ ਲੇਕਿਨ ਮੈਨੂੰ ਇਹ ਸਟੋਰੀ ਦੇਖ ਕੇ ਜਿਹੜੀ ਹੁਣ ਮੈਂ ਡਿਸਕਸ ਕਰਨ ਲੱਗਾ ਹਾਂ ਦੁੱਖ ਹੋਇਆ ਹੈ ਕਿ ਇੱਕ ਪਾਸੇ ਅਮਰੀਕਾ ਤੋਂ ਦੁਨੀਆ ਭਰ ਦੇ ਜਿਹੜੇ ਇਨਸਾਫ ਦੇ ਲਈ ਸਟਰਗਲ ਕਰ ਰਹੇ ਨੇ ਆਪੋ ਆਪਣੇ ਮੁਰਕਾਂ ਦੇ ਵਿੱਚ ਲੋਕਤੰਤਰ ਦੇ ਲਈ ਕਟਗਣਤਿਆਂ ਦੇ ਹੱਕਾਂ ਲਈ ਧਾਰਮਿਕ ਆਜ਼ਾਦੀ ਲਈ ਉਹ ਆਸ ਕਰਦੇ ਨੇ ਕਿ ਅਮਰੀਕਾ ਜਿਹੜਾ ਆਪਣੀਆਂ ਕਮਜ਼ੋਰੀਆਂ ਦੇ ਬਾਵਜੂਦ 911 ਤੋਂ ਬਾਅਦ ਇਹਨਾਂ ਨੇ ਵੀ ਵਾਇਲੇਟ ਕੀਤਾ ਹੈ ਕਈ ਕੁਸ਼ਿ ਦੇ ਬਾਵਜੂਦ ਸਟਿਲ ਇੱਕ ਹੋਪ ਹੈ ਜੀ ਇੱਕ ਆਸ ਹੈ ਔਰ ਇਸੇ ਆਸ ਦੇ ਥੱਲੇ ਜਦੋਂ ਕੋਈ ਵੀ ਪੈਟੀਸ਼ਨ ਵੀ ਕੀਤੀ ਜਾਂਦੀ ਹੈ ਵਾਈਟ ਹਾਊਸ ਨੂੰ ਔਰ ਮੈਂ ਸਮਝਦਾ ਵੀ ਇਹ ਖੁਸ਼ੀ ਦੀ ਗੱਲ ਹੈ ਜਿਹੜੀ ਕਿ ਜਥੇਦਾਰ ਜਗਤਾਰ ਸਿੰਘ ਹਵਾਰਾ ਜਿਨ੍ਹਾਂ ਨੂੰ ਕਿ ਅਕਾਲਤਖਤ ਸਾਹਿਬ ਦੇ ਜਥੇਦਾਰ ਥਾਪਿਆ ਹੈ 10 ਨਵੰਬਰ ਦੇ ਸਰਬਤ ਖਾਲਸਾ ਨੇ ਉਨਾ ਪਰਥਾਏ ਕਿ ਉਹਨਾਂ ਦੀ ਰਿਲੀਜ਼ ਲਈ ਅਮਰੀਕਾ ਸਰਕਾਰ ਭਾਰਤ ਦੇ ਉੱਤੇ ਜ਼ੋਰ ਪਾਏ ਜਿਹੜੀ ਪਟੀਸ਼ਨ ਦੀ ਸ਼ੁਰੂਆਤ ਕੀਤੀ ਗਈ ਸੀ ਔਰ ਉਹਦੀ 10 ਦਸੰਬਰ ਤੱਕ ਸ਼ਾਇਦ 30 ਦਿਨਾਂ ਦੇ ਵਿੱਚ ਵਿੱਚ 1 ਲੱਖ 10 ਕਰ ਚਾਹੀਦੇ ਹੁੰਦੇ ਨੇ ਲੇਕਿਨ ਕੱਲ ਸ਼ਾਮ ਤੱਕ ਇਹ ਮਾਰਕ ਜਿਹੜਾ ਹੈ ਇਹ ਪੂਰਾ ਹੋ ਗਿਆ ਸੀ ਆਲਰੇਡੀ 1 ਲੱਖ ਤੋਂ ਜ਼ਿਆਦਾ ਦੇਸ਼ ਵਿਦੇਸ਼ ਵਿੱਚਲੇ ਸੱਖਾਂ ਨੇ ਔਰ ਜਿਹੜੇ ਵੀ ਇਨਸਾਫ ਪਸੰਦ ਲੋਕ ਨੇ ਉਹਨਾਂ ਨੇ ਇਸ ਪਟੀਸ਼ਨ ਤੇ ਦਸਖਤ ਕੀਤੇ ਨੇ ਸੋ ਅਸੀਂ ਜਿੱਥੇ ਇਸ ਮੂਸਿਕ ਸੰਗਤਾਂ ਨੂੰ ਮੁਬਾਰਕਬਾਦ ਦਿੰਦੇ ਆਂ ਧੰਨਵਾਦ ਵੀ ਕਰਦੇ ਆਂ ਉੱਥੇ ਅਸੀਂ 6 ਫਾਰ ਜਸਟਿਸ ਨੂੰ ਐਪਰੀਸ਼ੀਏਟ ਕਰਦੇ ਆਂ ਕਿ ਉਹਨਾਂ ਨੇ ਬੜਾ ਟਾਈਮਲੀ ਐਕਸ਼ਨ ਲੈ ਕੇ ਇੱਕ ਪਾਸੇ ਜਿੱਥੇ ਪੰਜਾਬ 'ਚ ਬਾਦਲਕੋੜ ਮਾ ਜਿਹੜਾ ਸਾਰੀ ਲਹਿਰ ਨੂੰ دہشت گردੀ ਦੇ ਖਾਤੇ ਚ ਔਰ ਖਾਲਸਤਾਨ ਨੂੰ ਕਿੰਨਾ ਵੱਡਾ ਹਉਆ ਬਣਾ ਕੇ ਇੱਕ ਪਾਸੇ ਹਿੰਦੂਆਂ ਨੂੰ ਡਰਾਉਣ ਦੀ ਕੋਸ਼ਿਸ਼ ਕਰ ਰਿਹਾ ਦੂਜੇ ਪਾਸੇ ਸਿੱਖਾਂ ਨੂੰ ਜਿਹੜਾ ਇਹ ਧਮਕੀ ਦੇ ਰਿਹਾ ਪਿਓ ਪੁੱਤਰ ਦਾ ਇਹ ਜਿਹੜਾ ਝੂਠਾ ਬੋਲਣ ਵਾਲਾ ਜੋੜਾ ਹੈ ਜੀ ਕਿ ਜੀ ਦੇਖੋ ਅੱਗੇ ਤੁਸੀਂ ਨਨਕਾਣਾ ਸਾਹਿਬ ਪੰਜਾ ਸਾਹਿਬ ਗਵਾਇਆ ਈਦਾਂ ਦੀਆਂ ਮੂਰਖਮਤੀਆਂ ਕਰਕੇ ਹੁਣ ਤੁਸੀਂ ਪਟਨਾ ਸਾਹਿਬ ਹਜ਼ੂਰ ਸਾਹਿਬ ਗਵਾਓਗੇ ਪਰ ਇਹਦੇ باوجود ਅਸੀਂ ਸਮਝਦੇ ਹਾਂ ਕਿ ਜੇ ਇੱਕ ਹਫ਼ਤੇ ਜਾਂ 10 ਦਿਨ ਦੇ ਵਿੱਚ ਜਾਂ 12 14 ਦਿਨ ਹੋਣਗੇ 1 ਲੱਖ ਲੋਕ 1 ਲੱਖ ਬੰਦਾ ਇਸ ਗੱਲ ਦੇ ਨਾਲ ਖਲੋਤਾ ਹੈ ਕਿ ਜੇ ਹੋਰ ਪੜਿਆ ਲਿਖਿਆ ਕਿਉਂਕਿ ਜਦੋਂ ਤੁਸੀਂ ਵਾਈਟ ਹਾਊਸ ਨੂੰ ਪੈਟੀਸ਼ਨ ਕਰਦੇ ਹੋ ਤੁਹਾਡੀ ਆਪਣਾ ਈਮੇਲ ਚਾਹੀਦਾ ਹੁੰਦਾ ਹੈ ਉਹ ਤੁਹਾਨੂੰ ਵਾਪਸ ਜਦੋਂ ਭੇਜਦੇ ਨੇ ਕਨਫਰਮ ਕਰਨ ਦੇ ਲਈ ਤੁਸੀਂ ਫਿਰ ਟਿਕ ਕਰਦੇ ਹੋ ਸੋ ਇਹਦੇ 'ਚ ਇਹ ਨਹੀਂ ਹੈ ਕਿ ਕੋਈ ਨਾਂ ਆਪੇ ਭਰ ਲਏ ਜਾਂ ਕੋਈ ਐਡਰੈਸ ਭਰ ਲਏ ਜਾਂ ਇੱਕੋ ਥਾਂ ਦੇ ਲੋਕ ਕੇ ਦਸਖਤ ਕਰਾ ਲੈ ਸੋ ਇਹ ਬਹੁਤ ਵੱਡੀ ਗੱਲ ਹੈ ਔਰ ਮੈਂ ਸਮਝਦਾ ਹਾਂ ਵੀ ਇਹ ਖੁਸ਼ੀ ਦੀ ਗੱਲ ਹੈ ਪਰ ਦੂਜੇ ਪਾਸੇ ਜਿਸ ਵਾਈਟ ਹਾਊਸ ਤੋਂ ਅਸੀਂ ਆਸ ਕਰਦੇ ਹਾਂ ਜਾਂ ਪ੍ਰੈਜ਼ੀਡੈਂਟ ਓਬਾਮਾ ਜਾਂ ਓਬਾਮਾ ਐਡਮਿਨਿਸਟ੍ਰੇਸ਼ਨ ਤੋਂ ਕਿ ਉਹ ਸਾਡੇ ਧਾਰਮਿਕ ਆਜ਼ਾਦੀ ਦੇ ਹੱਕ ਲਈ ਸਾਡੀਆਂ ਮੁੱਢਲੀਆਂ ਆਜ਼ਾਦੀਆਂ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦੇ ਲਈ ਭਾਰਤੀ ਸੰਵਿਧਾਨ ਚ ਆਰਟੀਕਲ 25 ਬੀ ਜਿਹੜਾ ਸਾਨੂੰ Hindu ਬਣਾਉਂਦਾ ਹੈ ਉਹਨੂੰ ਰਿਪੀਲ ਕਰਾਉਣ ਦੇ ਲਈ ਇੰਡੀਅਨ ਐਡਮਿਨਿਸਟ੍ਰੇਸ਼ਨ ਜਾਂ ਗਵਰਨਮੈਂਟ ਦੇ ਉੱਤੇ ਦਬਾਅ ਬਣਾਏਗਾ ਤੇ ਦੂਜੇ ਪਾਸੇ ਉਹਨਾਂ ਦਾ ਇੰਡੀਆ ਪ੍ਰਤੀ ਜਾਂ ਮੋਦੀ ਜਿਹੜਾ ਮਰਡਰਰ 2002 ਚ ਜਿਹਨੂੰ 12 ਸਾਲ ਅਮਰੀਕਾ ਨੇ ਵੀਜ਼ਾ ਨਹੀਂ ਦਿੱਤਾ ਇਹਨਾਂ ਦੇ ਆਪਣੇ ਕਮਿਸ਼ਨ ਯੂਨਾਈਟਿਡ ਸਟੇਟਸ ਕਮਿਸ਼ਨ ਔਨ ਇੰਟਰਨੈਸ਼ਨਲ ਰਿਲੀਜੀਅਸ ਫਰੀडम ਦੀ ਰეკਮੈਂਡੇਸ਼ਨ ਦੇ ਉੱਤੇ ਉਹਨੂੰ ਵਾਈਟ ਹਾਊਸ ਕਹਿ ਰਿਹਾ ਕਿ ਓਬਾਮਾ ਜਿਹੜਾ ਬਹੁਤ ਇਮਾਨਦਾਰ ਔਰ ਬਹੁਤ ਐਫੀਸ਼ੀਐਂਟ ਲੀਡਰ ਹੈ ਔਰ ਇਹ ਖਬਰ ਹੈ ਵਾਸ਼ਿੰਗਟਨ ਡੇਟਲਾਈਨ ਓਬਾਮਾ ਸੇਜ਼ ਮੋਦੀ ਐਨ ਔਨੈਸਟ ਲੀਡਰ ਕਿ ਓਬਾਮਾ ਕਹਿੰਦਾ ਹੈ ਕਿ ਮੋਦੀ ਇੱਕ ਇਮਾਨਦਾਰ ਲੀਡਰ ਹੈ ਯੂਐਸ ਪ੍ਰੈਜ਼ੀਡੈਂਟ ਬਰਾਕ ਓਬਾਮਾ ਹੂ ਹੈਜ਼ ਹੈਲਡ ਸੈਵਰਲ ਮੀਟਿੰਗਸ ਵਿਦ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ फाउंड फाउंड हिम टू बी एन ऑनेस्ट एंड डायरेक्ट पॉलिटिशियन हैविंग ए क्लियर विजन फॉर इंडिया अकॉर्डिंग टू द व्हाइट हाउस जी बहुत ईमानदार है बड़ा सीधा है और बड़ी उदे उदे कोल्ड तो बड़ी दूरदर्शिता है उदी बड़ी आंखो दी बड़ी साफ है उनू बड़ी दूर तक नजर आंदा है प्रेसिडेंट ओवा ए हुन कोर्ट है और ए व्हाइट हाउस द प्रेस सेक्रेटरी जोश अर्नेस्ट ने आज रिपोर्टर्स नु डेली न्यूज़ कॉन्फ्रेंस दे विच ए गल कही है जी President Obama has found Prime Minister Modi to be somebody who is honest and direct somebody who has good command of the facts somebody who has a clear understanding of the issues that confront his country and our relationship ke Obama nu Modi ch oh nazar aunda hai jehda bada imandar aur sidha hai jidi tathan de utte badi sidhi command hai jide kol issues di badi clear understanding hai ਜਿਹੜੇ ਇਸ਼ੂ ਜਾਂ ਮਸਲੇ ਉਹਦੇ ਦੇਸ਼ ਨੂੰ ਔਰ ਅਮਰੀਕਾ ਇੰਡੀਆ ਰਿਲੇਸ਼ਨਸ਼ਿਪ ਨੂੰ ਪ੍ਰਭਾਵਿਤ ਕਰਦੇ ਨੇ ਔਰ ਪੈरिस ਦੇ ਵਿੱਚ ਮੋਦੀ ਔਰ ਓਬਾਮਾ 6ਵੀਂ ਵਾਰ ਮਿਲੇ ਨੇ ਜਦੋਂ ਦੇ ਦਾ ਮੋਦੀ ਜਿਹੜਾ ਉਹ ਪ੍ਰਾਈਮ ਮਿਨਿਸਟਰ ਬਣਿਆ ਔਰ ਉਹਨੇ ਉਦੀ ਉਤਾਰੀਫ ਉਹੀ ਸ਼ਬਦ ਜਿਹੜੇ ਨੇ ਬਾਰ-ਬਾਰ ਕਹੇ ਨੇ ਓਬਾਮਾ ਸਰਟਨਲੀ ਡਸ ਰਿਸਪੈਕਟ ਪ੍ਰਾਈਮ ਮਿਨਿਸਟਰ ਮੋਦੀ ਐਂਡ ਹੈਜ਼ ਅਪਰੀਸ਼ੀਏਸ਼ਨ ਫਾਰ ਹਿਸ ਸਕਿਲਸ ਐਂਡ ਐਬਿਲਿਟੀਜ਼ ਐਜ਼ ਅ ਪੋਲੀਟਿਸ਼ੀਅਨ ਕਿ ਉਹ ਮੋਦੀ ਦੀ ਬਹੁਤ ਤਾਰੀਫ ਕਰ ਰਹੇ ਨੇ ਕਿ ਉਹ ਬੜੇ ਹੀ ਉਹਦੇ ਚ ਯੋਗਤਾ ਹੈ ਔਰ ਬੜੀਆਂ ਉਹਦੀ ਸਕਿਲਸ ਨੇ ਹੀ ਇਜ਼ ਹੀ ਆਲਸੋ ਇਜ਼ ਸਮਬਡੀ ਹੂ ਇਜ਼ ਗਿਵਨ ਅ ਵੈਰੀ ਡਿਫਿਕਲਟ ਚੈਲੰਜ ਆਫ ਸਿਟਿੰਗ ਐਟ ਟਾਪ ਦਾ ਵਰਲਡਸ ਲਾਰਜੈਸਟ ਡੈਮੋਕ੍ਰੇਸੀ ਕਿ ਜੀ ਇਹ ਇਹ ਉਹਦੇ ਸਾਹਮਣੇ ਬਹੁਤ ਵੱਡਾ ਚੈਲੰਜ ਹੈ ਕਿ ਦੁਨੀਆ ਦਾ ਜਿਹੜਾ ਸਭ ਤੋਂ ਵੱਡਾ ਲੋਕਤੰਤਰ ਹੈ ਉਸ ਨੂੰ ਉਹ ਗਵਰਨ ਕਰ ਰਿਹਾ ਸੋ ਹੁਣ ਇਹ ਤਾਂ ਗੱਲ ਉਹੀ ਹੋਈ ਕਿ ਉਹ ਕੇ ਨੱਤ ਕਢਾਉਣ ਨੂੰ ਤੇ ਉਹ ਫਿਰ ਇਹ ਨੱਕ ਵਢਾਉਣ ਹੁਣ ਅਸੀਂ ਮੰਗਦੇ ਆਂ ਕਿ ਜੀ ਉਹ ਵਾਮਾ ਐਡਮਿਨਿਸਟ੍ਰੇਸ਼ਨ ਜਿਹੜਾ ਹੈ ਉਹ ਸਾਡੇ ਲਈ ਖਲੋਏ ਕਿਉਂਕਿ ਅਸੀਂ ਸੱਚ ਦੇ ਉੱਤੇ ਖਲੋਤੇ ਆਂ ਔਰ ਸੱਚ ਦੇ ਰਸਤੇ 'ਤੇ ਆਂ ਤੇ ਉਵਾਮਾ ਜਿਹੜਾ ਉਹ ਮੋਦੀ ਦੇ ਪਿੱਛੇ ਖਲੋਤਾ ਹੈ ਜੀ ਉਹਨੂੰ ਮੋਦੀ ਚੋਂ ਵਿਜਨ ਨਜ਼ਰ ਆਂਦਾ ਹੈ ਇਮਾਨਦਾਰੀ ਨਜ਼ਰ ਆਂਦੀ ਹੈ ਪਤਾ ਨਹੀਂ ਚਾਜ ਕੋਲ ਕੇ ਕੀ ਪਿਆਤਾ ਜਿਹੜੇ ਉਹਨੇ ਉੱਥੇ ਕੱਪ ਨੂੰ ਕੋਲ ਕੇ ਆਪ ਹੀ ਬਣਾ ਕੇ ਪਿਆ ਇਸੀ ਰਾਸ਼ਟਰਪਤੀ ਭਵਨ ਸ ਉਹ ਉਦੋਂ ਦਾ ਕੋ ਹੋ ਰਹੀ ਹੈ ਲੰਬੜਾ ਦੇ ਮੁੰਡਿਆਂ ਕੋ ਹੋ ਰਹੀ ਬੋਲੀ ਬੋਲਦਾ ਜੀ ਪਰ ਇਹ ਦੱਸਦੀ ਹੈ ਇਹ ਗੱਲ ਦੱਸਦੀ ਹੈ ਵੀ ਸਿਆਸਤ ਕਿਸ ਕਦਰ ਬੇਰਹਿਮ ਹੁੰਦੀ ਹੈ ਔਰ ਕਿਵੇਂ ਸੋੜੇ ਸਿਆਸੀ ਹਿੱਤਾਂ ਦੇ ਲਈ ਕਿਵੇਂ ਕਿੰਨਾ ਸਫੇਦ ਝੂਠ ਵਾਈਟ ਲਾਈਜ਼ ਬੋਲਣੀਆਂ ਪੈਂਦੀਆਂ ਓਬਾਮਾ ਨੂੰ ਵੀ ਪਤਾ ਹੈ ਕਿ ਮੋਦੀ ਕਿਸ ਕਿਸਮ ਦੀ ਵਿਜਨ ਹੈ ਮੋਦੀ ਦੀਆਂ ਕਰਤੂਤਾਂ ਕੀ ਨੇ ਮੋਦੀ ਦੇ ਭਾਰਤ ਚ ਕੀ ਹੋ ਰਿਹਾ ਹੈ ਔਰ ਮੋਦੀ ਦੀ ਘਟਗਣਤੀਆਂ ਦੇ ਘਾਣ ਕਰਨ ਦੀ ਨੀਤੀ ਨੇ ਅੱਜ ਘਟਗਣਤੀਆਂ ਨੂੰ ਕਿੱਥੇ ਲਿਆ ਕੇ ਖੜਾ ਕਰ ਦੁੱਤਾ ਹੈ ਇਹ ਫਾਈਨਲ ਮੈਂ ਡਿਸਕਸ਼ਨ ਦੇ ਲਈ ਸਟੋਰੀ ਰੱਖੀ ਹੈ ਗੁਜਰਾਤ ਦੇ ਵਿੱਚ ਪਿਛਲੇ ਦਿਨਾਂ ਚ ਜਿਹੜੀਆਂ ਨੇ ਸਿਵਿਕ ਇਲੈਕਸ਼ਨਸ ਹੋਈਆਂ ਨੇ ਪਿੰਡਾਂ ਦੇ ਕਸਬੇ ਸ਼ਹਿਰਾਂ ਦੀਆਂ ਸੂਲਕ ਕਮੇਟੀਆਂ ਕਾਰਪੋਰੇਸ਼ਨਾਂ ਦੂਜੇ ਜੀ ਔਰ ਮੁਸਲਮਾਨ ਕਦੇ ਕੋਈ ਸੋਚ ਨਹੀਂ ਸਿੱਕਦਾ ਇੰਡੀਆ ਦੇ ਨਕਸ਼ੇ 'ਚ 2002 ਤੋਂ ਪਹਿਲਾਂ ਕਿ ਕਦੇ ਬੀਜੇਪੀ ਦੇ ਜਿਹੜੇ ਨੇ ਉਹ ਉਮੀਦਵਾਰ ਵੀ ਬਣਨਗੇ ਕਿਉਂਕਿ ਬਿਲਕੁਲ ਆਈਡੀਓਲੋਜੀ ਹਿੰਦੂਤਵਾ ਹਿੰਦੂ ਹਿੰਦੀ ਹਿੰਦੁਸਤਾਨ ਉਹ ਤਾਂ ਉਹਨਾਂ ਨੂੰ ਮੰਨ ਕੇ ਹੀ ਰਾਜੀ ਨਹੀਂ ਪਰ ਡਰ ਜਾਂ ਖੌਫ ਕੀ ਕਰਦਾ ਹੈ ਔਰ ਜਦੋਂ ਇਹਨਾਂ ਦਾ ਹਾਲ ਦੇਖਦਾ ਮੈਂ ਕਿ ਵੀ ਇਹ ਕਿੱਥੇ ਪਹੁੰਚ ਗਏ ਨੇ ਤੇ ਸਾਡਾ ਹਾਲ ਕੀ ਹੋ ਰਿਹਾ ਔਰ ਕਿੱਧਰ ਨੂੰ ਅਸੀਂ ਜਾ ਰਹੇ ਹਾਂ ਤੇ ਮੈਨੂੰ ਉਹੀ ਨਜ਼ਰ ਆਉਂਦਾ ਹੈ ਕਿ ਵੀ ਉਹੀ ਸਾਡੇ ਬੱਚੇ ਥਾਲੀ ਚ ਪਾ ਕੇ ਆਰਤੀਆਂ ਉਤਾਰਦੇ ਨੇ ਉਹੀ ਜਿਹੜਾ ਵਰਤ ਵੀ ਰੱਖੇ ਜਾ ਰਹੇ ਨੇ ਉਹ ਭਾਵੇਂ ਕਰਵਾ ਚੌਥ ਦਾ ਹੋਏ ਜਾਂ ਕੋਈ ਸੰਤੋਸ਼ੀ ਮਾਤਾ ਦਾ ਹੋਏ ਕੰਨਿਆਦਾਨ ਉਹ ਜਿਹੜੇ ਕੰਜਕਾਂ ਵੀ ਘਰਾਂ ਚ ਬਹਿ ਰਹੀਆਂ ਨੇ ਵਸਤੂ ਸ਼ਾਸਤਰ ਨਾਲ ਘਰ ਤਾਂ ਬਣਾ ਹੀ ਰਹੇ ਨੇ ਜੀ ਜੋਤਸ਼ੀ ਵੀ ਘਰਾਂ ਦੇ ਬਾਹਰ ਬੈਠੇ ਨੇ ਸ਼ਰਾਧ ਪਹਿਲਾਂ ਹੀ ਕਈ ਕਰਦੇ ਸੀ ਹੁਣ ਜਨਰੇਸ਼ਨ ਮੁੱਕ ਗਈ ਸੀ ਕਰਨ ਵਾਲਿਆਂ ਦੀ ਹੁਣ ਨਵੇਂ ਜਿਹੜੇ ਨੇ ਉਹ ਸ਼ਰਾਧ ਵੀ ਕਰ ਰਹੇ ਨੇ ਸੂਰਜ ਪੂਜਾ ਵੀ ਹੋ ਰਹੀ ਹੈ ਚੰ드ਰਮਾ ਪੂਜਾ ਵੀ ਹੋ ਰਹੀ ਹੈ ਔਰ ਉਸ ਸਾਰੇ ਦੇ ਨਾਲ ਨਾਲ ਸਿੱਖ ਜਿਹੜੇ ਨੇ ਟਿੱਕੇ ਵੀ ਲਾ ਰਹੇ ਨੇ ਹਵਨ ਵੀ ਕਰ ਰਹੇ ਨੇ ਮੁਕਟ ਵੀ ਲੱਗੇ ਹੋਏ ਨੇ ਕੋਈ ਵੈਸ਼ਨੋ ਤੁਰਿਆ ਕੋਈ ਜਵਾਲਾ ਜੀ ਤੁਰਿਆ ਕੋ ਕਿਤੇ ਹੋਰ ਤੁਰਿਆ ਘਰਾਂ 'ਚ ਗਣੇਸ਼ ਦੀ ਮੂਰਤੀ ਵੀ ਹੈ ਸ਼ੁਭ ਸ਼ੁਭ ਹੋ ਜਾਏ ਸਭ ਕੁਝ ਔਰ ਉਹ ਸਾਰਾ ਪਰ ਘਟੋ ਘਟ ਇਹ ਮੁਸਲਮਾਨਾ ਦੇ ਹਵਾਲੇ ਨਾਲ ਇਹ ਜ਼ਰੂਰ ਸੀ ਕਿ ਵੀ ਸਾਡੇ ਤਾਂ ਸਮ ਹੋ ਇਸ ਕਿਸਮ ਦਾ ਮਾਹੌਲ ਇਹਨਾਂ ਨੇ ਬਣਾ ਦਿੱਤਾ ਕਿ ਅਸੀਂ ਬੜੀ ਤੇਜ਼ੀ ਨਾਲ 47 ਤੋਂ ਬਾਅਦ ਵਿੱਚ ਇਹਨਾਂ ਦੇ ਸਰਕਣੇ ਸ਼ੁਰੂ ਹੋ ਗਏ ਪਰ ਮੁਸਲਮਾਨਾ ਦਾ ਬਹੁਤ ਕੁਝ ਆਪਣਾ ਇੰਡੀਪੈਂਡੈਂਟ ਰਿਹਾ ਸਾਡੇ ਤਾਂ ਯੋਗਾ ਦੇ ਨਾਂ ਥੱਲੇ ਸਾਡੇ ਗੁਰਦੁਆਰਿਆਂ ਨੇ ਸਪੈਸ਼ਲ ਕਮਰੇ ਦਿੱਤੇ ਹੋਏ ਨੇ ਇਹਨਾਂ ਨੂੰ ਕਿ ਯੋਗਾ ਕਰਾਓ ਜੀ ਔਰ ਇਸ ਕਿਸਮ ਦੀਆਂ ਹੋਰ ਐਂਟੀ ਸਿੱਖ ਕਿੰਨੀਆਂ ਕਾਰਵਾਈਆਂ ਜਿਹੜਾ ਜੋਗੀ ਤੁਰਿਆ ਆਉਂਦਾ ਉਹਨੂੰ ਗੁਰਦੁਆਰੇ ਚ ਲਿਆ ਕੇ ਉਹਦੇ ਗਾਲ ਚ ਸਰੋਪਾਉ ਪਾਇਆ ਹੁੰਦਾ ਹੈ ਤੇ ਸਵਾਮੀ ਜੀ ਯੋਗੀ ਜੀ ਕਰਕੇ ਉਹਨਾਂ ਦੇ ਪਿੱਛੇ ਹੁੰਦੇ ਨੇ ਪਰ ਮੁਸਲਮਾਨ ਕਿਸੇ ਮਸਜਿਦ ਦੇ ਨਾਲ ਕੋਈ ਯੋਗਾ ਦਾ ਕੈਂਪ ਨਹੀਂ ਲੱਗਦਾ ਜੀ ਜਾਂ ਉਹਨਾਂ ਨੇ ਕਦੇ ਆਪਣੇ ਇਸ ਕਿਸਮ ਦੇ ਪਾਠ ਨੂੰ ਪਲੀਊਟ ਨਹੀਂ ਹੋਣ ਦਿੱਤਾ ਪਰ ਡਰ ਕੀ ਹੁੰਦਾ ਹੈ ਔਰ ਹਾਕਮਾਂ ਦੀ ਜਿਨ੍ਹਾਂ ਦਾ ਰਾਜ ਹੁੰਦਾ ਹੈ ਬਹੁਗਣਤੀ ਦਾ ਰਾਜ ਕੀ ਹੁੰਦਾ ਹੈ ਕਿ ਇਹਨਾਂ ਚੋਣਾਂ ਦੇ ਵਿੱਚ 450 ਮੁਸਲਮਾਨ ਉਮੀਦਵਾਰ ਜਿਹੜੇ ਨੇ ਉਹ ਭਾਜਪਾ ਨੇ ਖੜੇ ਕੀਤੇ ਇਹਨਾਂ ਨੂੰ 450 ਐਸੇ ਡਰਕਲ ਟ੍ਰੇਟਰ ਮਿਲ ਗਏ ਜਿਹੜੇ ਭਾਪੀ ਦੀ ਟਿਕਟ ਲੈਣ ਨੂੰ ਤਿਆਰ ਹੋਏ ਹਾਲਾਂਕਿ ਜਿੱਤੇ ਉਹਨਾਂ ਚੋਂ ਸਿਰਫ 15 ਹੀ ਨੇ ਜੀ ਕਿਉਂਕਿ ਉਹਨਾਂ ਨੂੰ ਖੜਾ ਤਾਂ ਮੁਸਲਮਾਨ ਬਹੁ ਗਿਣਤੀ ਹਲਕਿਆਂ 'ਚ ਕੀਤਾ ਹੋਏਗਾ ਔਰ ਅਜੇ ਤੱਕ ਘੱਟੋ ਘਾਟ ਆਮ ਮੁਸਲਮਾਨਾਂ ਨੇ ਕਾਂਗਰਸ ਨੂੰ ਵੋਟ ਦੇ ਦਿੱਤੀ ਹੋਏਗੀ ਆਜ਼ਾਦ ਨੂੰ ਦੇ ਦਿੱਤੀ ਅਜੇ ਇਹਨਾਂ ਨੂੰ ਨਹੀਂ ਮੰਨਿਆ ਕਿ ਇਸ ਲਈ ਇਹਨਾਂ ਦੇ ਉਮੀਦਵਾਰ ਨਹੀਂ ਜਿੱਤੇ ਪਰ ਜਿਹੜੇ ਜਿੱਤੇ ਹੁਣ ਕਿਸ ਕਿਸ ਸਮੁਦਾਇ ਇਸਲਾਮ ਔਰ ਸਿੱਖ ਔਰ ਬੋਧੀਆਂ ਨੂੰ ਉਹ ਚਾਹੁੰਦੇ ਨੇ ਦਰਸ਼ਕ ਸਕਰੀਨ ਦੇ ਉੱਤੇ ਦੇਖ ਰਹੇ ਨੇ ਇਹ ਇੱਕ ਉਮੀਦਵਾਰ ਜਿਹੜਾ ਜਿੱਤਿਆ ਹੈ ਗੁਜਰਾਤ ਦੇ ਵਿੱਚ ਉਹ ਜਤਨ ਤੋਂ ਬਾਅਦ ਜਿਹੜਾ ਉਹਦਾ ਨਾਮ ਵੀ ਹੈ ਕਿਤੇ ਲਿਖਿਆ ਹੋਇਆ ਉਹ ਜਤਨ ਤੋਂ ਬਾਅਦ ਉਸ ਕੱਛ ਦੇ ਪ੍ਰਸਿੱਧ ਜਿਹੜਾ ਮਸ਼ਹੂਰ ਮੰਦਰ ਹੈ ਉਹਦੇ ਵਿੱਚ ਪੂਜਾ ਕਰ ਰਿਹਾ ਹੈ ਔਰ ਤੁਸੀਂ ਦੇਖ ਰਹੇ ਹੋ ਕਿ ਭਈ ਸਿਰ ਦੇ ਉੱਤੇ ਇਸਲਾਮੀ ਟੋਪੀ ਹੈ ਔਰ ਉਸ ਦੇ ਉੱਤੇ ਉਹਨੇ ਸ਼ਿਵਲਿੰਗ ਨੂੰ ਹਾਰ ਵੀ ਚੜਾਇਆ ਹੋਇਆ ਹੈ ਔਰ ਪੂਜਾ ਉਜੋ ਲੋਟਾ ਜਿਹੜਾ ਉਹ ਲੈ ਕੇ ਉਹਦੇ ਉੱਤੇ ਪਾਣੀ ਸੁੱਟ ਰਿਹਾ ਔਰ ਇਹ ਜਿਹੜੀ ਪੂਜਾ ਦੀ ਲਾਈਨ ਹੈ ਇਹ ਦਾ ਨਾਂ ਜਿਹੜਾ ਉਮੀਦਵਾਰ ਦੇ ਹਾਜੀ ਨਾਂ ਨਾਲ ਲੱਗਾ ਹਾਜੀ ਵੀ ਕਰਕੇ ਆਇਆ ਹੋਇਆ ਜੀ ਹਾਜੀ ਹਾਸ਼ਤਾ ਸੈਦ ਸੈਦ ਵੀ ਇਹਨਾਂ ਦੇ ਬੜੇ ਉੱਚੇ ਕਬੀਲੇ ਦਾ ਨਾਂ ਹੁੰਦਾ ਹੈ ਹਜ਼ਰਤ ਸਾਹਿਬ ਨਾਲ ਜਾ ਕੇ ਜੁੜਦੇ ਸੋ ਇਹ ਹਾਜੀ ਸਾਹਿਬ ਵੀ ਨੇ ਤੇ ਸੈਦ ਸਾਹਿਬ ਵੀ ਨੇ ਔਰ ਇਹ ਕੱਚ ਦੀ ਦੇ ਵਿੱਚ ਪੰਚਾਇਤ ਦਾ ਇਹ ਚੋਣ ਜਿੱਤੇ ਨੇ ਤੇ ਹੁਣ ਕੱਚ ਦਾ ਜਿਹੜਾ ਮੰਦਿਰ ਹੈ ਕੋਟੇਸ਼ਵਰ ਮਹਾਦੇਵ ਮੰਦਿਰ ਉਸ ਦੇ ਵਿੱਚ ਪੂਜਾ ਕਰ ਰਹੇ ਨਹੀਂ ਸੋ ਇਹ ਓਬਾਮਾ ਦੇ ਬਹੁਤ ਹੀ ਇਮਾਨਦਾਰ ਮੋਦੀ ਦੀ ਬਦੌਲਤ ਹੈ ਕਿ ਅੱਜ ਮੁਸਲਮਾਨ ਹਾਜੀ ਸੈਦ ਉਹ ਜਿਹੜਾ ਜਿੱਤ ਦੀ ਖੁਸ਼ੀ ਜਾ ਕੇ ਉਹ ਕੋਈ ਅੱਲਾਹ ਤਾਲਾ ਦਾ ਸ਼ੁਕਰਿਆ ਨਹੀਂ ਅਦਾ ਕਰ ਰਿਹਾ ਉਹ ਮੰਦਰ ਦੇ ਵਿੱਚ ਜਾ ਕੇ ਸ਼ਿਵ ਲਿੰਗ ਦੀ ਪੂਜਾ ਕਰਕੇ ਸ਼ੁਕਰਾਨਾ ਕਰ ਰਹੇ ਸੋ ਇਹ ਮੋਦੀ ਦੀ ਸ਼ਰਾਫਤ ਨੇ ਔਰ ਮੋਦੀ ਦੀ ਇਮਾਨਦਾਰੀ ਔਰ ਦੂਰ ਦ੍ਰਿਸ਼ਟੀ ਨੇ ਕਿਸ ਕਦਰ ਉੱਥੇ ਮੁਸਲਮਾਨਾਂ ਦਾ ਹਾਲ ਕੀਤਾ ਔਰ ਸਿੱਖਾਂ ਦਾ ਜਿਹੜਾ ਪਿਓ ਪੁੱਤਰ ਦੀ ਜੋੜੀ ਹੈ ਕਿਵੇਂ ਕਿਵੇਂ ਮੋਦੀ ਭਗਤ ਮੋਦੀ ਦੇ ਰੱਥ ਦੇ ਅੱਗੇ ਬਾਦਲ ਤੇ ਪਿਓ ਪੁੱਤਰੇ ਕਹਿੰਦੇ ਸੀ ਇਹ ਰੱਥ ਦੇ ਨਾਲ ਜੇ ਸਾਡਾ ਵਾਸ ਚੱਲੇ ਤਾਂ ਘੋੜੇ ਨਾ ਘੋੜਾ ਨਾ ਲਾਈਏ ਅਸੀਂ ਘੋੜੇ ਦੀ ਥਾਂ ਤੇ ਆਪ ਹੀ ਤਿਆਰ ਐ ਅਸੀਂ ਘੋੜੇ ਬਣਨ ਨੂੰ ਤਿਆਰ ਐ ਪਰ ਹੁਣ ਐਸੇ ਘੋੜੇ ਬਣੇ ਹੋਏ ਨੇ ਇਹ ਗਧੇ ਕਿ ਉਹ ਤਿਆਰ ਨੇ ਆਪਣੀ ਜਨਰੇਸ਼ਨ ਨੂੰ ਮਾਰਨ ਨੂੰ ਔਰ ਕਿਵੇਂ ਜਿਹੜਾ ਆਡੀਆਂ ਚੁੱਕ ਚੁੱਕ ਕੇ ਬਿਆਨਬਾਜ਼ੀਆਂ ਕਰ ਰਹੇ ਨੇ ਕਿ ਕਿਸੇ ਹੱਦ ਤੱਕ ਵੀ ਉਹ ਜਾਣ ਨੂੰ ਤਿਆਰ ਨੇ ਸੋ ਇਹ ਓਬਾਮਾ ਦੇ ਮੋਦੀ ਦੀ ਦੂਰਦ੍ਰਿਸ਼ਟੀ ਔਰ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਤੇ ਬਹਿ ਕੇ ਕੁਰਸੀ ਤੇ ਬਹਿ ਕੇ ਉਹਦੇ ਰਾਜ ਦੀ ਕਰਾਮਾਤ ਐ ਕਿ ਦੇਖੋ ਸਿੱਖਾਂ ਨੂੰ ਕੀ ਬਣਾ ਦੁੱਤਾ ਹੈ ਮੁਸਲਮਾਨਾਂ ਨੂੰ ਕੀ ਬਣਾ ਦੁੱਤਾ ਹੈ ਇਸਾਈਆਂ ਦਾ ਹਾਲ ਅਲਰੇਡੀ ਮੋਦੀ ਨੂੰ ਨੇ ਦਿੱਲੀ ਦੇ ਵਿੱਚ ਪਹਿਲਾਂ ਬਣਦੇ ਆ ਪੰਜ ਚਾਰ ਜਿਹੜੇ ਚਰਚ ਨੇ ਉਹਨਾਂ ਨੂੰ ਹਮਰਿਆਂ ਦਾ ਸ਼ਿਕਾਰ ਬਣਾਇਆ ਸੀ ਸੋ ਹੁਣ ਇਹ ਓਬਾਮਾ ਮੈਨੂੰ ਨਹੀਂ ਪਤਾ ਵੀ ਇਸ ਕਿਸਮ ਦਾ ਬਿਆਨ ਦੇ ਕੇ ਸੌਂਦੇ ਕਿਵੇਂ ਨੇ ਰਾਤ ਨੂੰ ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਹੈ ਵੀ ਇਹ ਇਸ ਕਦਰ ਔਰ ਇਹਨੂੰ ਕੋ ਪੁੱਛੇ ਕਿ ਵੀ ਤੂੰ ਦੁਨੀਆ ਦੀ ਗ੍ਰੇਟੈਸਟ ਡੈਮੋਕ੍ਰੇਸੀ ਦਾ ਪ੍ਰੈਜ਼ੀਡੈਂਟ ਹੈ ਜੀ ਕੀ ਐਕਸਪੈਕਟ ਕਰਦੇ ਨੇ ਤੁਹਾਡੇ ਤੋਂ ਅਜੇ ਹੋਰ ਤੁਸੀਂ ਕੀ ਐਵੇਂ ਉਸ ਛੋਟੇ ਲਾਬਾਂ ਦੇ ਲਈ ਕਿਸ ਕਿਸਮ ਦੇ ਤੁਸੀਂ ਝੂਠ ਬੋਲ ਰਹੇ ਹੋ ਜੀ ਡਾਕਟਰ ਸਾਹਿਬ ਥੋੜਾ ਇਹ ਕਹਾਣੀ ਹੈ ਜੀ ਅੱਜ ਕੀ ਕਹਾਣੀ ਅੱਜ ਦੀ ਕਹਾਣੀ ਤਾਂ ਨਹੀਂ ਇਹ ਹੈ ਵੀ ਦੁਨੀਆ ਮਨ ਦੀ ਜ਼ੋਰਾਂ ਨੂੰ ਕੋਈ ਪੁੱਛੇ ਨਾ ਕਮਜ਼ੋਰਾਂ ਨੂੰ ਜੀ ਇਹ ਕਹਾਣੀ ਹੈ ਜੀ ਬਿਲਕੁਲ ਡਾਕਟਰ ਸਾਹਿਬ ਥੋੜਾ ਬਹੁਤ ਬਹੁਤ ਸ਼ੁਕਰੀਆ ਸੁਣਾ ਲੈਣੇ